ਕਹਿੰਦੇ ਆ ਬੱਕਰੀ ਆਪਣੇ ਘਰ ਦੀ ਹੈ ਜਾਂ ਲਈ ਹੋਈ ਹੈ? ਕਿੰਨੇ ਦੀ ਲਈ ਹੈ ਆਪਾਂ ਨੇ? ਆਪਾਂ ਲਈ ਹੈ 70 ਦੀ। ਤੇ ਬੱਕਰੀ ਹਾਈਟ ਦੇਖ ਸਕਦੇ ਹੋ ਤਕਰੀਬਨ 40 ਇੰਚ ਤੋਂ ਪਲੱਸ ਹੈ ਹਨਾ। ਤੇ ਕਿੰਨਵੇਂ ਸੂਏ ਹੋਊਗੀ ਬੱਕਰੀ? ਤੀਜੇ ਸੂਏ ਹਨਾ। ਤੇ ਦੰਦ ਨਵੀਂ ਹੋਣੀ ਹਨਾ? ਹਾਂਜੀ ਬਿਲਕੁਲ ਨਵੇਂ ਦੰਦ ਹੈ। ਗੱਡੇ ਕੰਨ ਲਾਓ ਬੱਕਰੀ ਦੇਖ ਦੀ ਇੱਥੋਂ ਪਤਾ ਲੱਗਦਾ ਵੀ ਖਾਨਦਾਨ ਦੀ ਹੈ ਹਨਾ। ਸਾਰੀਆਂ ਦੁੱਧ ਵਾਲੀਆਂ ਹਨਾ ਆਪਣੇ ਰਾਜੂ ਗੋਡ ਫਾਰਮ ਦੜਬਾ ਪੰਜਾਬ ਜਨਰਲ ਚ ਪ੍ਰਸਾਦ ਹੈ। ਤੇ ਅੱਜ ਆਪਾਂ ਪਹੁੰਚੇ ਆ ਕੰਦਰ ਕੋਟ ਦੇ ਮੇਲੇ ਵਿੱਚ ਜੋ ਕਿ ਬਹੁਤ ਪੁਰਾਣਾ ਮੇਲਾ ਹੈ। ਅਤੇ ਉੱਥੇ ਬਾਈ ਬੱਕਰੀ ਵਾਲੇ ਆਉਂਦੇ ਨੇ ਆਏ ਸਾਲ ਦੇ ਵਾਂਗੂ। ਅਤੇ ਇਸ ਸਾਲ ਵੀ ਬਹੁਤ ਬੱਕਰੀ ਆਈ ਹੋਈ ਸੀ ਅਤੇ ਥੋੜ੍ਹਾ ਜਿਹਾ ਤੂਫਾਨ ਕਰਕੇ ਕੰਮ ਖਰਾਬ ਹੋ ਗਿਆ ਸੀ। ਅਤੇ ਬਾਈ ਦੀ ਕਿਰਪਾ ਨਾਲ ਮੇਲਾ ਬਹੁਤ ਵਧੀਆ ਭਰਿਆ ਅਤੇ ਬਾਈ ਪਹੁੰਚੇ ਨੇ ਬੱਕਰੀਆਂ ਲੈ ਕੇ ਅਤੇ ਇਹਨਾਂ ਨਾਲ ਗੱਲਬਾਤ ਕਰਦਿਆਂ ਬਾਈ ਸਲਾਮ ਵਾਲੇਕੁਮ ਹੋਰ ਠੀਕ ਹੋ ਜੀ? ਅਤੇ ਕਦੋਂ ਪਹੁੰਚੇ? ਕਿਹੜਾ ਪਿੰਡ? ਕਿਹੜੇ ਇਲਾਕੇ 'ਚ? ਲੁਧਿਆਣਾ। ਅਤੇ ਨਵੇਂ ਸ਼ਹਿਰ ਕੁੱਪ ਕਲਾਂ ਹਨਾ? ਠੀਕ ਹੈ। ਕੁੱਪ ਕਲਾਂ ਦੇ ਨਜ਼ਦੀਕ ਹੈ ਬਾਈਆਂ ਦਾ ਪਿੰਡ ਵਹਿਮਪੁਰ ਸਰਦਾਰਾ। ਅਤੇ ਕਿੰਨੀਆਂ ਬੱਕਰੀਆਂ ਲੈ ਕੇ ਆਓ ਬਾਈ? ਅਸੀਂ ਲੈ ਕੇ ਆਏ 15 ਕੁ ਬੱਕਰੀਆਂ। 15 ਦੇ ਘਰੇ ਆਪਣੇ ਕਿੰਨੇ ਰੱਖੇ ਹੋਏ? ਘਰੇ ਹੈਗੇ ਨੇ 50 ਕੁ ਬੱਚੇ ਹੋਏ। 50-60 ਬੱਕਰੀਆਂ। ਹਾਂਜੀ ਹਾਂ। ਅਤੇ ਬੱਚੇ ਘਰ ਦੇ ਪਾਲਦੇ? ਹਾਂਜੀ ਹਾਂਜੀ। ਕਹਿੰਦੇ ਆਹ ਬੱਕਰੀ ਆਪਣੇ ਘਰ ਦੀ ਹੈ ਜਾਂ ਲਈ ਹੋਈ ਹੈ? ਕਿੰਨੇ ਦੀ ਲਈ ਹੈ ਆਪਾਂ ਨੇ? ਆਪਾਂ ਲਈ ਹੈ 70 ਦੀ। ਅਤੇ ਬੱਕਰੀ ਹਾਈਟ ਦੇਖ ਸਕਦੇ ਹੋ ਤਕਰੀਬਨ 40 ਇੰਚ ਤੋਂ ਪਲੱਸ ਹੈ ਹਨਾ। ਤੇ ਕਿੰਨਵੇਂ ਸੂਏ ਹੋਊਗੀ ਬੱਕਰੀ? ਤੀਜੇ ਸੂਏ ਹਨਾ। ਤੇ ਦੰਦ ਨਵੀਂ ਹੋਣੀ ਹਨਾ? ਹਾਂਜੀ ਬਿਲਕੁਲ ਨਵੇਂ ਦੰਦ ਹੈ। ਤੇ ਬੱਚੇ ਕਿੰਨੇ ਕਿੰਨੇ ਲਾਉਂਦੀ ਹੈ? ਬੱਚੇ ਨਹੀਂ ਦੇਖੇ ਤਾਂ ਸੁਣ ਲੈਣਾ। ਅੱਛਾ ਸੁਣੋ। ਹਾਂਜੀ ਕਿੰਨੇ ਮਹੀਨੇ ਦੀ ਗੱਭਣਾ? ਇਹ ਹੋ ਗਈ ਸਾਡੇ। ਠੀਕ ਹੈ ਸਾਡੇ ਕਿ ਤਿੰਨ ਮਹੀਨੇ ਲੈ ਮੜਾ ਤੋੜ ਕੇ ਦਿਖਾ ਦੇ। ਇੱਦਾਂ ਨੂੰ ਗੇੜਾ ਦਵਾ ਦੇ ਬੱਕਰੀ ਬਹੁਤ ਡਬਲ ਹੈ ਹਨਾ। ਦਿਖਾ ਦੇ ਬਈ ਮੜਾ ਜਿਹਾ ਮੋੜ ਦਿਆ ਬਈ। ਬੱਕਰੀ ਚਾਮੜੀ ਚੋਂੜੀ ਬਿਲਕੁਲ ਬਰੀਕ ਹੈ ਨਾ। ਸਾਰੇ ਚੌਕਣਾ ਪਿੰਡ ਆ ਚੋਈ ਚਾਰ ਇੱਧਰ ਚਲਿਆ ਜਾ। ਬਿਲਕੁਲ ਬਰੀਕ ਸਿੰਗੀ ਹੈ ਤੇ ਕੰਨਾਂ ਦੀ ਪੰਜਾਹ ਦੀ। ਤੇ ਬੱਚੇ ਬੱਚੇ ਕਿੰਨੇ? ਇਹਦੇ ਮਗਰ 60 ਸੀਗੀ।
ਮੁਸਲਮਾਨ ਗੁੱਜਰ ਤੇ ਉਹਨਾਂ ਦੀਆਂ ਤਾਂ ਇਹ ਵਫਾ ਹੀ ਕਰਦੇ, ਬਾਕੀ ਉਹਨਾਂ ਦੇ ਹੱਥ ਚ ਵੀ ਕਲਾ ਇਹਨਾਂ ਨੂੰ ਉਹਨਾਂ ਵਰਗੀ ਬੱਕਰੀ ਵੀ ਰੱਖਣੀ ਹੈ। ਹੋਰ ਦਿਖਾ ਦੋ ਬੱਕਰੀ ਵਿੱਚੇ ਚੀਨੀਆਂ ਨਾਲੇ ਬੱਕਰੀ ਆ, ਇਹ ਆਪਣੀ ਘਰ ਦੀ ਆ ਬੱਕਰੀ ਆਈਆਂ। ਇਹ ਕੰਨਾਂ ਦੀ ਲੈਂਥ ਦੇਖ ਸਕਦੇ ਹੋ, ਸਿੰਧੀ ਬਿਲਕੁਲ ਬਰੀਕ ਚਿੱਟੀ ਅੱਖ ਤੇ ਚਮੜੀ ਪਤਲੀ, ਤੇ ਇਹਦਾ ਕੀ ਰਿਕਾਰਡ ਦੁੱਧ ਦਾ ਵਧੀਆ ਜੀ। ਕਿੰਨੇ ਸੂਏ ਦੇ ਗਈ ਆਪਣੇ? ਇਹ ਹੁਣ ਤੀਜੇ ਆ ਜੀ, ਤੀਜੇ ਸੂਏ ਸੂਏ ਆ ਜੀ। ਘਰੇ ਆਪਣੇ ਬੱਚੇ ਬੁੱਚੇ ਸੇਲ ਕਰ ਦਾਂਗੇ, ਨੰਬਰ ਦੇ ਦਾਂਗੇ ਹੈ ਨਾ, ਕੰਟੈਕਟ ਕਰ ਸਕਦੇ ਬਾਈਆਂ ਨਾਲ, ਤੇ ਵੱਡੀਆਂ ਬੱਕਰੀਆਂ ਵੀ ਸੇਲ ਕਰ ਦਾਂਗੇ। ਤੇ ਕੋਈ ਸ਼ੌਂਕੀ ਬੰਦਾ ਹੋਵੇ ਤਾਂ ਬੱਕਰੀਆਂ ਵੀ ਬਾਈ ਕਹਿੰਦੇ ਸੇਲ ਕਰ ਦਾਂਗੇ ਆ, ਤੇ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ, ਤੁਸੀਂ ਕੰਟੈਕਟ ਕਰਕੇ ਬਾਈਆਂ ਨਾਲ ਸੰਪਰਕ ਜ਼ਰੂਰ ਕਰਿਓ, ਤੇ ਬੱਚੇ ਵੀ ਕਿਆਊ ਹੁੰਦੇ ਨੇ। ਹੋਰ ਦਿਖਾ ਦਿਓ ਬੱਕਰੀਆਂ ਬਾਈ, ਆਇਆ ਬਾਈ ਬੱਕਰਾ ਦੇ ਬਾਈ ਬੱਕਰੇ ਦਾ ਸਿੰਗੀ ਬਿਲਕੁਲ ਕੰਨਾਂ ਦੇ ਉੱਪਰ ਦੀ ਹੈ, ਤੇ ਕਿੰਨੇ ਦੰਦ ਹੋ ਗਏ ਬਈ ਇਹ ਬੱਕਰਾ? ਢਾਈ ਸਾਲ ਦਾ ਬੱਕਰਾ, ਪੰਤਾਲੀ ਦੇ ਕਰੀਬ ਹਾਈਟ ਹੈ, ਤੇ ਪੱਠਾ ਪੁੱਠਾ ਰੱਖਦੇ ਜੀ। ਕਿੰਨੇ ਬੱਚੇ ਬੇਚਦੇ? ਬੱਚੇ ਬਾਈ ਸੇਲ ਕਰਦਾ ਦੁੱਧ ਦੇ ਰਾਹੀਂ। ਬੱਕਰੇ ਬਾਹਰ ਚਾਰ ਕਿਲੋ ਨੀ ਘਰੇ ਵੀ ਸੇਲ, ਘਰੇ ਕੀ ਕੀ ਪਾਉਣੇ? ਘਰੇ ਦਾਣੇ ਦੂਣੇ ਪਾ ਦੇਣੇ ਜੀ। ਬੱਕਰੀ ਦੀ ਭੈਣ ਦੇਖ ਸਕਦੇ ਬਹੁਤ
ਘੱਟ ਮਿਲਦੇ ਨੇ ਨਦੀਨੇ ਦੇਖਣ ਨੂੰ, ਇਹ ਰੰਗੇ ਨਹੀਂ ਮਿਲਦਾ ਪਹਿਲੀ ਵੇਲਾ ਨਾ, ਪੱਖਾ ਚ ਨਾ ਲਾਲ ਆ ਪਾਕਿਸਤਾਨ ਦਾ ਰੰਗ ਹੈ ਇਹ, ਪੱਥਰ ਸੂਈ ਹੈ ਜੀ ਇਹ ਫੈਟ ਸੂਈ ਹੈ ਪਹਿਲੇ ਸੂਈ ਹੈ ਜੀ ਸੂਣਾ ਹੈ ਨਾ ਸੂਈ ਬੱਤੀਆਂ ਘਰੇ ਨੇ ਲੈ ਕੇ ਨਹੀਂ ਦੋ ਬੱਚੇ ਨੇ ਮੱਖੀ ਜੀ ਇਹ ਮੱਖੀ ਦੇਖ ਸਕਦੇ ਹੋ ਪੱਥਰ ਨਾ ਕੁੰਝ ਦਿਖਾ ਦੇ ਉਹਦੇ ਬੱਕਰੇ ਨਾਲ ਹੀ ਨਾ ਸਕਣਾ ਜਵਾਂ ਇਹ ਗਾਨੀਆਂ ਆਪਣੀਆਂ ਘਰੇ ਬਣਾਈਆਂ ਜਾਂਦੀਆਂ ਘਰੇ ਸਾਰੀਆਂ ਦੁੱਧ ਵਾਲੀਆਂ ਹਨਾ ਮੁੰਡੇ ਦੀ ਵੱਧ ਬਣਾ ਸੀ ਬੇਚਤੀ ਦੀ ਕਹਿਣਾ ਪੰਤਾਲੀ ਦੀ ਫੇਰ ਹੁੰਦੀ ਹੈ ਮਾਰੋ ਮੋਟੇ ਸਣ ਦੀ ਬੱਕਰੀ ਆ ਪੂਰੀ ਹਨਾ ਕੋਈ ਅੱਖੜ ਉੱਖੜ ਨੀ ਲਾਇਆ ਹੋਣਾ ਚੌਕੀ ਬਣਾਉਣਾ ਹੈ ਹਨਾ ਪਹਿਲਾਂ ਅਸਲੀ ਪਿੰਡ ਤਾਂ ਸਾਡਾ ਆਹੀ ਆ ਜੀ ਸਾਡੇ ਪਸੋਪੜ ਸੀਗੇ ਮੇਰੇ ਦਾਦੇ ਪੜਦਾਦੇ ਉਹਨਾਂ ਦਾ ਪਿੰਡ ਹੀ ਆ ਜੀ ਕੋਟ ਕਲਾਂ ਬਾਈ ਕਹਿੰਦੇ ਪੁਰਾਣਾ ਪਿੰਡ ਆ ਨਾ ਕੋ ਕਰਨਾ ਮੱਥਾ ਕਦਾ ਸ਼ੁਰੂ ਬਣਾਉਣਾ ਢੇਰ ਕਦੀ ਹੋਰ ਦਿਖਾਵਾਂਗੇ ਬੱਕਰੀ ਦੇਖਦੀ ਹੈ ਇੱਥੋਂ ਪਤਾ ਲੱਗਦਾ ਵੀ ਖਾਨਦਾਨ ਦੀ ਹੈ ਹਨਾ ਬੱਕਰੀਆਂ ਟੋਪ ਕਲਾਸ ਦੀਆਂ ਨੇ ਬਾਈਆਂ ਦੀਆਂ ਬਿਲਕੁਲ ਦੇਖ ਸਕਦੇ ਹੋ ਤੇ ਬਾਈ ਬੱਚੇ ਬੱਚੇ ਸੇਲ ਕਰਦੇ ਰਹਿੰਦੇ ਨੇ ਤੇ ਬਾਈਆਂ ਨਾਲ ਕੰਟੈਕਟ ਜ਼ਰੂਰ ਕਰ ਲਿਓ ਨੰਬਰ ਦੇ ਦਾਂਗੇ ਬਾਈਆਂ ਦਾ ਆਪਾਂ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।